ਪ੍ਰਚੰਡ ਜਿੱਤ ਤੋਂ ਬਾਅਦ ਸੈਨਾ ਨੇ ਵੀ ਵੱਡਾ ਐਨਕਾਊਂਟਰ ਕਰ ਦਿੱਤਾ ਹੈ। ਆਰਮੀ ਤੇ ਸੀਆਰਪੀਐਫ ਦੀ ਇੱਕ ਟੁਕੜੀ ਨੇ ਮੁੱਠਭੇੜ ਦੌਰਾਨ ਤਰਾਲ ਦੇ ਤਤਸਾਰਾ ਪਿੰਡ ਵਿੱਚ ਮੋਸਟ ਵਾਂਟਡ ਅੱਤਵਾਦੀ ਜ਼ਾਕਿਰ ਮੂਸਾ ਨੂੰ ਉਸਦੇ ਦੋ ਸਾਥੀਆਂ ਸਣੇ ਢੇਰ ਕਰ ਦਿੱਤਾ। ਦੱਸਦੇ ਕਿ ਮੁੱਠਭੇੜ ਵਿੱਚ ਢੇਰ ਹੋਇਆ ਮੂਸਾ ਅੱਤਵਾਦੀ ਸੰਗਠਨ ਅਨਸਾਰ ਗਜਵਾਤ ਉਲ ਹਿੰਦ ਦਾ ਚੀਫ ਸੀ, ਜਿਸਦੇ ਉੱਤੇ 12 ਲੱਖ ਰੁਪਏ ਦਾ ਇਨਾਮ ਸੀ। ਕੋਈ ਹਿੰਸਕ ਘਟਨਾ ਨਾ ਵਾਪਰੇ, ਇਸਦੇ ਲਈ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇੰਟਰਨੈਟ ਤੇ ਸਕੂਲ ਕਾਲਜ ਬੰਦ ਕਰਵਾ ਦਿੱਤੇ ਨੇ।